देखो भाई जन मियां दिलदार साहब मेरा इंटरव्यू ले रहे अस्सलामुअलैकुम जी। आज मेरे दोस्त आ रहे हैं, बड़े ही प्यारे दोस्त, चौधरी हसन, और उनके साथ आ रहे हैं मियां दिलदार, वो जो बड़ी शेर व शायरी करते हैं। तो वो चूंकि ननकाना साहब रहते हैं और वहाँ से आए हुए थे इधर लाहौर, तो मुझे कल पता चला, तो मैंने कहा जी आप मेरी तरफ आएँ सुबह नाश्ते पर। तो अभी वो उनको मैंने अपने नाश्ते पर बुलाया है, साथ मिलेंगे, उनसे गपशप लगाएंगे, वो बड़ी अच्छी शेर व शायरी करते हैं, साथ उनको शेरों के पिंजरे में भी डालेंगे, उधर भी थोड़ा शुगर लगाएंगे। तो अभी जैसे ही आते हैं फिर आपसे मुलाकात करवाते हैं। नाश्ता करा रहे उदो मैं दसिया सी ना कि नाश्ता करा रहे पिंड जाके ही ना कभी भुखे मार छो देखो मैं तुम मेरे लिए साग है दिलदार भाई और माशाल्लाह बड़े ही दलेर इंसान ने, हालांकि बड़े बड़े लोग आते ने उतो सीरिया तो आते ही डर जाते ने, यह आते नाल ही क्या जी खोलो पिंजरा देखो जनाब अंदर जाके दिखा रिस्क कोई जरूरत नहीं लैन की बल्दी आके छाता पा क्यों देना ਸਨੋ ਕੋ ਡਰ ਰਹੇ ਸਨ ਸ਼ੇਰਨੀ ਕੋਲੋਂ, ਕਹਿੰਦੇ ਨਹੀਂ ਭਾਜੀ ਇਹਨੂੰ ਅੰਦਰ ਕਰੋ, ਉਹ ਮੈਂ ਹੁਣ ਅੰਦਰ ਕਰਤੀ ਏ, ਉਹਨੇ ਮੁਫਾਸਾ ਸਿਰਫ ਹੈ ਇਹ ਸਾਡਾ ਸ਼ਰੀਫ ਬੱਚਾ ਹੈ ਕਿਹਦਾ ਕਸੂਰ ਹੈ। ਹਾਂ ਚਲੋ ਆ ਜਾਓ ਲਾਓ ਜੀ ਕੋਲੋਂ ਨਾ ਮੈਂ ਨਹੀਂ ਭਾਈ दिलदार साहब मेरा इंटरव्यू ले रहे तारीफ दे मोहताज ने, अल्लाह पाक ने बड़ी इज्जत दी आ, और इन्हां दा जिहड़ा काम बड़ा अनोखा वा के पाकिस्तान दे विच इन्हां नाल दा कंटेंट तुहानूं नहीं लभण लगा,
ਜਿਹੜਾ ਸਾਡੀ ਇਸ ਵੀਡੀਓ 'ਚ ਤੁਹਾਨੂੰ ਲੱਭ ਜਾਣਾ ਨਾ, ਦੂਸਰਾ ਇਹਨਾਂ ਦੀ ਵੀਡੀਓ ਤੋਂ ਹੀ ਲੱਭੇਗਾ, ਹੋਰ ਤੀਸਰੀ ਜਗ੍ਹਾ ਤੋਂ ਨਹੀਂ ਲੱਭੇਗਾ, ਕਿਉਂਕਿ ਜਿਨ੍ਹਾਂ ਨੇ ਮਿਹਨਤ ਕਰਕੇ ਪਾਲੇ ਨੇ ਉਹ ਵੀ ਹਰ ਬੰਦੇ ਨੂੰ ਵੀਡੀਓ 'ਤੇ ਨਹੀਂ ਬਣਵਾਉਂਦੇ, ਅਤੇ ਇਹ ਤਾਂ ਇਹਨਾਂ ਦੀ ਮੁਹੱਬਤ ਆ ਜੀ, ਇਹਨਾਂ ਨੇ ਸਾਨੂੰ ਆਪਣਾ ਕੀਮਤੀ ਜਿਹਾ ਵਕਤ ਦਿੱਤਾ, ਠੀਕ ਹੈ। ਹੁਣ ਇਹਨਾਂ ਦੇ ਕੋਲੋਂ ਅਸੀਂ ਕਾਫੀ ਕੁਛ ਜਾਣਾਂਗੇ ਕਿ ਕਿੰਨਾ ਖਰਚਾ ਇਹਨਾਂ 'ਤੇ ਆਉਂਦਾ ਇਹਨਾਂ ਨੂੰ ਰੱਖਣ ਦਾ, ਔਰ ਇਹ ਸ਼ੌਕ ਇਹਨਾਂ ਨੂੰ ਕਿੱਦਾਂ ਪਿਆ, ਕਿੱਥੋਂ ਇਹ ਸ਼ੌਕ ਉੱਠਿਆ, ਕਿੰਨੀ ਦੇਰ ਤੋਂ ਪਾਲ ਰਹੇ ਨੇ, ਔਰ ਆਹ ਬੱਬਰ ਸ਼ੇਰ ਸਾਡੇ ਪਿੱਛੇ ਬੈਠਾ ਵਾ, ਇਹਨਾਂ ਦੀ ਏਜ ਕਿੰਨੀ ਆ, ਪਰ ਡੇ ਦਾ ਇਹਨਾਂ ਦਾ ਖਰਚਾ ਕਿੰਨਾ, ਇਹਨਾਂ ਨੂੰ ਸਾਂਭਣ ਦੇ ਲਈ ਇਹਨਾਂ ਨੇ ਕਿੰਨੇ ਬੰਦੇ ਰੱਖੇ ਨੇ। ਅਸਲਾਮ ਵਾਲੇਕੁਮ ਜੀ ਸਾਖ ਭਾਈ। ਵਾਲੇਕੁਮ ਸਲਾਮ। ਚੱਲਦਾ ਰਿਹਾ ਨੀ ਕੈਮਰਾ, ਮੈਂ ਚੈੱਕ ਕਰੋ ਚੱਲ ਰਿਹਾ, ਹਾਂਜੀ ਚੱਲ ਰਿਹਾ, ਬਸ ਠੀਕ ਆ ਠੀਕ ਆ। ਅਸਲਾਮ ਵਾਲੇਕੁਮ ਸਾਖ ਭਾਈ। ਵਾਲੇਕੁਮ ਸਲਾਮ। ਸਾਖ ਭਾਈ, ਸਭ ਤੋਂ ਪਹਿਲੇ ਤੇ ਬੜੀ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਜਿਹਾ ਵਕਤ ਦਿੱਤਾ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਅੱਛਾ ਸਾਖ ਭਾਈ, ਸਾਡੇ 2-4 ਸਵਾਲ ਆ, ਇੱਕ ਸ਼ਾਰਟ ਜੀ ਵੀਡੀਓ ਆ, ਨਾਜ਼ਰੀਨ ਦੇ ਬੜੇ ਕਮੈਂਟ ਸੀਗੇ ਕਿ ਤੁਹਾਡੇ ਕੋਲ ਆਏ ਨੇ, ਤੁਸੀਂ ਸਾਡੇ ਕੋਲ ਮਾਸ਼ਾਅੱਲਾ ਪਿੰਡ ਆਏ ਸੀ, ਉਸ ਤੋਂ ਬਾਅਦ ਕਾਫੀ ਜ਼ਿਆਦਾ ਕਮੈਂਟ ਨੇ ਕਿ ਯਾਰ ਤੁਸੀਂ ਕਦੇ ਇਹਨਾਂ ਦੇ ਕੋਲ ਜਾਓ, ਇੰਟਰਵਿਊ ਕਰੋ, ਅਸੀਂ ਕਾਫੀ ਕੁਝ ਜਾਣਨਾ ਚਾਹੁੰਦੇ ਹਾਂ। ਉਹ ਵਾਮ ਦੇ ਕਹਿਣ 'ਤੇ ਅਸੀਂ ਅੱਜ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਨਾਲ ਤੁਹਾਡਾ ਸ਼ੇਰ ਜਿਹੜਾ ਸਾਨੂੰ ਵਾਰ ਵਾਰ ਵੀਡੀਓ ਦੇ ਵਿੱਚ ਡਰਾ ਰਿਹਾ ਵਾ। ਅੱਛਾ ਸਾਖ ਭਾਈ, ਸਭ ਤੋਂ ਪਹਿਲਾਂ ਸਵਾਲ ਇਹ ਆ, ਤੁਹਾਨੂੰ ਇਹ ਸ਼ੌਕ ਕਿੱਦਾਂ ਪਿਆ? ਸ਼ੌਕ ਤੇ ਮੈਨੂੰ ਇਹ ਬਚਪਨ ਤੋਂ ਸੀ। ਅੱਛਾ, ਲੇਕਿਨ ਹਿੰਮਤ ਨਹੀਂ ਸੀ ਪੈਂਦੀ। ਹਿੰਮਤ ਨਹੀਂ ਸੀ ਪੈਂਦੀ, ਹਿੰਮਤ ਮੇਰੀ ਵੀ ਨਹੀਂ ਪੈ ਰਹੀ ਸਰ। ਆਹ ਬੁਰੀ ਬਾਤ ਹੈ ਬੇਟਾ, ਇੰਟਰਵਿਊ ਹੋ ਰਿਹਾ ਹੈ, ਨਾ ਨਾ ਮੇਰਾ ਬੱਚਾ ਨਾ, ਸਿੱਧਾ ਹੋ ਕੇ ਬੈਠ, ਸ਼ਾਬਾਸ਼ ਸ਼ਾਬਾਸ਼, ਬੁਰੀ ਬਾਤ। ਸ਼ੌਕ ਤੈਨੂੰ ਚਾ ਨਾਜ਼ਰੀਨ, ਹਿੰਮਤ ਸਾਡੀ ਵੀ ਨਹੀਂ ਪੈ ਰਹੀ, ਤੁਸੀਂ ਉਹਦਾ ਦੇਖ ਰਹੇ ਹੋ, ਉਹਦੀ ਜਿਹੜੀ ਦਹਾੜ ਆ ਤੁਹਾਨੂੰ ਸੁਣਾਈ ਵੀ ਦੇ ਰਹੀ ਹੋਵੇਗੀ, ਪਤਾ ਨਹੀਂ ਕਿਸ ਟਾਈਮ ਉਹਨਾਂ ਨੇ ਬਾਜ਼ੀ ਮਾਰ ਕੇ ਸਾਡੇ ਉੱਪਰ ਆ ਜਾਣਾ, ਠੀਕ ਹੈ ਨਾ? ਨਹੀਂ ਨਹੀਂ ਨਹੀਂ, ਇਹ ਨਹੀਂ ਆਇਆ, ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਆਉਂਦਾ। ਇਧਰ ਆ ਬੱਚਾ, ਇਧਰ ਆ ਤਾਂ ਕੀ ਦਾ, ਬੁਰੀ ਬਾਤ, ਬੁਰੀ ਬਾਤ ਨਾ ਮੇਰਾ ਬੇਟਾ। ਅੱਛਾ ਜੀ, ਮੈਨੂੰ ਇਹ ਸ਼ੌਕ ਤਕਰੀਬਨ 4 ਸਾਲ ਤੋਂ ਇਹਨੇ ਇਹਨੂੰ ਰੱਖਿਆ। ਅੱਛਾ ਅੱਛਾ, ਸ਼ੌਕ ਬਚਪਨ ਤੋਂ ਸੀ, ਲੇਕਿਨ ਕਦੇ ਹਿੰਮਤ ਨਹੀਂ ਸੀ, ਕੋਈ ਲੋਕੀ ਡਰਾਉਂਦੇ ਸਨ ਜੀ ਸ਼ੇਰ ਹੈ ਸ਼ੇਰ ਹੈ, ਲੇਕਿਨ ਜਿਸ ਟਾਈਮ ਮੈਂ ਫਿਰ ਪਹਿਲਾ ਬੱਚਾ ਹੈ ਮੇਰੇ ਕੋਲ ਆਇਆ ਸੀ, ਫਿਰ ਇਹ ਮੈਂ ਲਿੱਤਾ ਇਹਦੇ ਤੋਂ, ਮੈਨੂੰ ਕਾਫੀ ਤਜਰਬਾ ਹੋਇਆ। ਇਸ ਟਾਈਮ ਮੇਰੇ ਕੋਲ ਮਾਸ਼ਾਅੱਲਾ 5 ਨੇ, 2 ਟਾਈਗਰ ਨੇ, 3 ਸ਼ੇਰ ਨੇ, ਵਾਈਲਡ ਲਾਈਫ ਵੀ ਹੈ। ਅੱਛਾ ਅੱਛਾ, ਤੇ ਹੁਣ ਮੈਨੂੰ ਡਰ ਲੱਗਦੇ ਨਹੀਂ, ਵੈਰੀ ਗੁੱਡ, ਇਹ ਮੇਰੇ ਕੋਲ ਮਾਸ਼ਾਅੱਲਾ ਐਡਾ ਅੱਛਾ ਟੀਮ ਹੈ। ਅੱਛਾ, ਇਹਨੇ ਅੱਜ ਤੱਕ ਮੈਨੂੰ ਇਹਨੇ ਕਿ ਮੇਰੇ 5 ਸ਼ੇਰਾਂ ਵਿੱਚੋਂ ਕਿਸੇ ਨੇ ਵੀ ਅੱਜ ਤੱਕ ਮੈਨੂੰ ਇੱਕ ਨਹੁਨ ਵੀ ਨਹੀਂ ਮਾਰਿਆ। ਕੀ ਬਾਤ ਹੈ। ਅੱਛਾ ਸਾਖ ਭਾਈ, ਇੱਕ ਸਵਾਲ ਛੋਟਾ ਜਿਹਾ ਕਰਨਾ ਚਾਹਾਂਗਾ, ਗੱਲ ਟੋਕ ਕੇ ਤੁਹਾਡੇ ਵਿੱਚੋਂ, ਇਹ ਤੁਸੀਂ ਰੱਖੇ ਨੇ, ਇਹ ਹਰ ਨਾਰਮਲ ਬੰਦਾ ਨਹੀਂ ਰੱਖ ਸਕਦਾ, ਇਹਨਾਂ ਦਾ ਕੋਈ ਲਾਇਸੈਂਸ, ਕੋਈ ਪਰਮਿਟ ਵਗੈਰਾ, ਕੋਈ ਹਕੂਮਤ ਤੋਂ ਇਜਾਜ਼ਤ ਵਗੈਰਾ? ਬਿਲਕੁਲ ਬੁਰੀ ਬਾਤ। ਓਏ ਪਿਛੋ ਪਿਛੋ ਬੈ, ਪਿਛੇ ਪਿਛੋ ਜਾ, ਪਿਛੋ ਜਾ, ਉੱਠੀ ਨਾ ਵੀਰ, ਇੰਟਰਵਿਊ ਵਾਲਾ ਘਬਰਾ ਰਿਹਾ। ਤੁਸੀਂ ਦੇਖ ਸਕਦੇ ਹੋ ਨਾਜ਼ਰੀਨ, ਜਿਸ ਟਾਈਮ ਮੈਂ ਬੋਲਦਾ ਨਾ ਤੇ ਉਹਨਾਂ ਨੂੰ ਗੁੱਸਾ ਆਉਂਦਾ ਕਿ ਮੈਂ ਕਿਉਂ ਬੋਲ ਰਿਹਾ ਵਾਂ, ਠੀਕ ਹੈ ਨਾ? ਨਾ ਬੁਰੀ ਬਾਤ ਤੇ। ਹਾਂਜੀ ਦੱਸੋ। ਹਾਂਜੀ, ਸਭ ਤੋਂ ਪਹਿਲੇ ਤੇ ਇਹਦੇ ਵਾਸਤੇ ਏਰੀਆ ਹੁੰਦਾ ਇੱਕ। ਅੱਛਾ, ਉਹ ਤੁਹਾਡੇ ਕੋਲ ਪੂਰਾ ਹੋਣਾ ਚਾਹੀਦਾ। ਅੱਛਾ, ਤਕਰੀਬਨ 1200-1400 ਸਕੁਅਰ ਫੁੱਟ ਦਾ ਏਰੀਆ ਚਾਹੀਦਾ ਸ਼ੇਅਰ ਵਾਸਤੇ। ਮੇਰੇ ਕੋਲ ਇਹ ਤਕਰੀਬਨ ਬਾਹਰ ਵਾਲਾ ਹਿੱਸਾ ਤਕਰੀਬਨ ਕੋਈ 1800-1900 ਸਕੁਅਰ ਫੁੱਟ ਹੈ, ਫਿਰ ਇਸ ਤੋਂ ਇਲਾਵਾ ਅੰਦਰ ਕਮਰਾ ਕੋਈ 20x20 ਦਾ 400 ਸਕੁਅਰ ਫੁੱਟ, ਮਤਲਬ ਐਕਸਟਰਾ ਜਗ੍ਹਾ ਇਹਨਾਂ ਕੋਲ। ਫਿਰ ਉਸ ਤੋਂ ਬਾਅਦ ਵਾਈਲਡ ਲਾਈਫ ਕੋਲ ਇਹਨਾਂ ਦਾ ਲਾਇਸੈਂਸ ਪਰਮਿਟ ਇਸ਼ੂ ਹੁੰਦਾ ਹੈ। ਅੱਛਾ, ਤੇ ਉਹ ਅਲਹਮਦੁਲਿਲਾ ਮੈਂ ਸਾਰੇ ਲੀਗਲ ਰੱਖੇ ਨੇ, ਕੋਈ ਇਹਦੇ 'ਚ ਕੋਈ 2 ਨਹੀਂ ਹੈ, ਕੁਛ ਨਹੀਂ ਹੈ। ਫਿਰ ਤੁਹਾਡੇ ਜਿੰਨੇ ਕੇਜ ਬਣਦਾ ਇਹਦਾ, ਜਿਹੜੀ ਮੋਟਾਈ ਮਜ਼ਬੂਤੀ ਹੋਣੀ ਚਾਹੀਦੀ, ਸੇਫਟੀ ਮਈਅਰਸ ਹੋਣੇ ਚਾਹੀਦੇ ਨੇ, ਸਾਰਾ ਕੁਛ ਮੈਂ ਕੀਤਾ ਹੈ, ਅਤੇ ਇਸ ਲਈ ਮੈਨੂੰ ਇਜਾਜ਼ਤ ਮਿਲੀ। ਅੱਛਾ ਅੱਛਾ ਅੱਛਾ, ਸਾਖ ਭਾਈ ਮੈਨੂੰ ਸਵਾਲ ਅਗਲੇ ਭੁੱਲ ਰਹੇ ਆ ਤੁਹਾਡੇ ਸ਼ੇਰ ਦਾ ਕਰਕੇ, ਕਿਉਂਕਿ ਇਹਨਾਂ ਦੀ ਨਜ਼ਰ ਬਿਲਕੁਲ ਮੇਰੇ ਉੱਪਰ ਆ, ਤੁਸੀਂ ਇਤਮਾਦ ਮੈਨੂੰ ਬੜਾ ਦਮਾ ਰਹੇ ਹੋ, ਲੇਕਿਨ ਇਹਨਾਂ 'ਤੇ ਯਕੀਨ ਕੀਤਾ ਨਹੀਂ ਜਾ ਸਕਦਾ। ਦੇਖੋ ਮੈਂ ਜਾਣੇ, ਤੁਸੀਂ ਜਿੱਦਾਂ ਕਰ ਰਹੇ ਹੋ ਮੈਂ ਇੱਦਾਂ ਯਕੀਨ ਨਹੀਂ ਕਰ ਸਕਦਾ। ਅੱਛਾ ਸਾਖ ਭਾਈ, ਅਗਲਾ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਇਸ ਟਾਈਮ ਕਿੰਨੇ ਰੱਖੇ ਹੋਏ ਨੇ? ਮੇਰੇ ਕੋਲ 5 ਨੇ, 2 ਟਾਈਗਰ ਨੇ, 3 ਸ਼ੇਰ ਨੇ। ਅੱਛਾ, ਤੇ ਕਿੰਨੀ ਦੇਰ ਦਾ ਸ਼ੇਰ ਸਾਡੇ ਨਾਲ ਬੈਠਾ ਹੋਇਆ ਇਸ ਟਾਈਮ? ਇਸ ਟਾਈਮ ਇਹਦੀ ਉਮਰ ਤਕਰੀਬਨ 4 ਸਾਲ ਦੇ ਹੋਣੇ ਵਾਲਾ ਹੈ। 4 ਸਾਲ, ਇਹ ਆਪਣੀ ਜਵਾਨੀ ਦੀ ਰੁੱਤ ਕਦੋਂ ਚੜ੍ਹਦਾ ਜੀ? ਇਹ ਹੋ ਜਾਂਦਾ 4.5 ਸਾਲ ਦਾ। ਅੱਛਾ ਸਾਖ ਭਾਈ, ਤੁਹਾਡੇ ਕੋਲ ਮੈਂ 3 ਚੀਤੇ ਦੱਸੇ ਨੇ, 2 ਜੀ, 2 ਟਾਈਗਰ, 2 ਟਾਈਗਰ ਨੇ, 3 ਸ਼ੇਰ ਨੇ, ਇਹਨਾਂ ਦਾ ਪਰ ਡੇ ਦਾ ਤੁਹਾਡਾ ਖਰਚਾ ਕਿੰਨਾ ਵਾ? ਦੇਖੋ ਜੀ, ਮਾਜ਼ਰਤ ਦੇ ਨਾਲ ਇਹ ਮੈਂ ਖਰਚਾ ਕਿਸੇ ਨੂੰ ਵੀ ਨਹੀਂ ਦੱਸਦਾ, ਇਹ ਜਿਹੜਾ ਮੇਰੇ ਕੋਲ ਪੁੱਛੇ ਮੈਨੂੰ ਗੁੱਸਾ ਵੀ ਚੜਦਾ, ਇਹ ਖਾਂਦੇ ਆਪਣੇ ਨਸੀਬ ਦਾ ਨੇ। ਵੈਰੀ ਗੁੱਡ ਵੈਰੀ ਗੁੱਡ, ਇਨਸਾਨ ਹੀ ਚੈਨੀ ਸਖਤ ਨਹੀਂ ਹੈ ਕਿ ਇੱਕ ਚਿੜੀਆ ਦਾ ਬੱਚਾ ਵੀ ਪਾਲ ਲਵੇ। ਅੱਛਾ, ਇਹ ਅੱਲਾ ਦੀ ਮਿਹਰਬਾਨੀ, ਅੱਲਾ ਨੇ ਸਿਰਫ ਇੱਕ ਡਿਊਟੀ ਲਾਈ ਹੈ ਮੇਰੀ। ਮੈਂ ਨਾ ਤੁਹਾਡੀਆਂ ਅਕਸਰ ਵੀਡੀਓ ਸਾਖ ਭਾਈ ਦੇਖਦਾ ਰਹਿੰਦਾ, ਥੱਲੇ ਕਾਫੀ ਜ਼ਿਆਦਾ ਆਵਾਮ ਕਮੈਂਟ ਕਰਦੀ ਆ ਕਿ ਤੁਸੀਂ ਇਹਨਾਂ ਨੂੰ ਪਾ ਰਹੇ ਹੋ ਤੇ ਤੁਸੀਂ ਅਗਰ ਕਿਸੇ ਗਰੀਬਾਂ ਨੂੰ ਦੋ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕੀ ਪਤਾ ਉਹਨਾਂ ਨੂੰ ਵੀ ਦਿੰਦਾ, ਕਿਸੇ ਨੂੰ ਤਾਂ ਨਹੀਂ ਪਤਾ, ਜਾਂ ਉਹਦੀ ਮੈਂ ਵੀਡੀਓ ਨਹੀਂ ਬਣਾਉਂਦਾ। ਮੈਂ ਤੁਹਾਡੇ ਕਮੈਂਟ ਵੇਖ ਕੇ ਉਹਨਾਂ ਦਾ ਕਰਕੇ ਸਵਾਲ ਕੀਤਾ, ਇਸ ਲਈ ਕਹਿ ਰਿਹਾ ਕਿ ਉਹ ਮੇਰਾ ਇਕੱਲਾ ਦੇ ਨਾਲ ਮਾਮਲਾ ਹੈ। ਇਹ ਅਸਲ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ, ਤੇ ਇਸ ਲਈ ਆਮ ਕਹਿੰਦੇ ਨੇ ਕਿ ਇੰਨਾ ਖਰਚਾ ਹੋ ਰਿਹਾ,
ਕੀ ਪਤਾ ਇਸ ਤੋਂ ਜ਼ਿਆਦਾ ਖਰਚਾ ਮੈਂ ਕਿਤੇ ਹੋਰ ਵੀ ਦੇਣਾ ਹੋਵੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹਨਾਂ ਦਾ ਵੀ ਜੇ ਅੱਲਾ ਪਾਕ ਨੇ ਜ਼ਿੰਮੇਵਾਰੀ ਲਾਈ ਹੈ, ਇਹਨਾਂ ਨੂੰ ਵੀ ਤਾਂ ਕਿਸੇ ਨੇ ਖਵਾਣਾ ਨਾ। ਬੇਸ਼ੱਕ ਤੇ ਅੱਲਾ ਨੇ ਵਸੀਲਾ ਸਾਡਾ ਬਣਾਇਆ, ਕੋਈ ਸ਼ੱਕ ਨਹੀਂ। ਤੇ ਉਹ ਆਪਣੇ ਨਸੀਬਾਂ ਦਾ ਖਾ ਰਹੇ ਨੇ, ਮੈਂ ਇਹਨਾਂ ਨੂੰ ਕੁਝ ਨਹੀਂ ਖਵਾ ਰਿਹਾ। ਅੱਛਾ ਸਾਕੋ ਭਾਈ, ਜਿੱਦਾਂ ਤੁਸੀਂ ਇਹਨਾਂ ਕੋ ਬੇਚੀਚਕ ਹੋ ਕੇ ਆ ਜਾਂਦੇ ਹੋ, ਹੋਰ ਬੰਦਾ ਵੀ ਆ ਸਕਦਾ। ਜਿੱਦਾਂ ਪਿੱਛੋ ਕੇ ਬੈਠ ਜਾ, ਪਿੱਛੇ ਪਿੱਛੇ ਪਿੱਛੋ ਜਾ ਪਿੱਛੇ। ਸਾਕੋ ਭਾਈ ਇਹ ਪੈਰੋਂ ਪੈਰ ਮੇਰੇ ਸਿਰ ਤੇ ਚੜਦਾ ਆ ਰਿਹਾ। ਨਹੀਂ ਨਹੀਂ, ਉਹ ਹੋ ਗਿਆ ਪਿੱਛੇ। ਅੱਛਾ ਦੇਖ ਲਓ ਤੇ ਅਗਲਾ ਸਵਾਲ ਮੈਨੂੰ ਭੁੱਲ ਗਿਆ। ਪਿੱਛੇ ਪਿੱਛੋ ਕੇ ਬੈਠ ਜਾ, ਚੜਾ ਚੜਾ ਬੈਠ ਜਾ, ਪਿੱਛੋ ਕੇ ਬੈਠ ਜਾ। ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਉਹਦਾ ਵਿਗਟ, ਉਹਦੀ ਜਸਾਮਤ, ਸਾਕਰ ਭਾਈ ਦੇ ਪੁੱਤਰਾਂ ਵਾਂਗੂ ਆ। ਜੈਨੂਇਨ ਗੱਲ ਆ ਕਿ ਔਲਾਦ ਵਾਂਗੂ ਇਹਨਾਂ ਦਾ ਖਿਆਲ ਰੱਖਦੇ ਨੇ, ਤਾਂ ਹੀ ਇਹਨਾਂ ਦੀ ਇਹ ਕੰਡੀਸ਼ਨ ਆ। ਤੁਸੀਂ ਸ਼ੇਰਾਂ ਦੇ ਜੰਗਲ ਦੇਖੇ ਹੋਣਗੇ, ਇੰਨੇ ਲੰਬੇ ਚੌੜੇ ਵੱਡੇ ਕਦੇ ਵੀ ਨਹੀਂ ਹੁੰਦੇ, ਯਕੀਨ ਕਰੋ। ਇਹ ਜਿਵੇਂ ਉਹ ਭੁੱਖ ਦਾ ਸ਼ਿਕਾਰ ਨਹੀਂ ਹੁੰਦੇ, ਇਹਨਾਂ ਨੂੰ ਹਰ ਚੀਜ਼ ਟਾਈਮ ਤੇ ਮਿਲਦੀ। ਅੱਛਾ ਸਾਕਰ ਭਾਈ ਦੇਖੋ ਨਾ, ਜਾਨਵਰ ਆ ਕਿਸੇ ਟਾਈਮ ਬਿਮਾਰ ਵੀ ਹੋ ਜਾਂਦੇ ਆ। ਅਗਰ ਇਹ ਬਿਮਾਰ ਹੋ ਜਾਂਦੇ ਤੁਹਾਨੂੰ ਇਹਨਾਂ ਦਾ ਕਿੱਦਾਂ ਪਤਾ ਲੱਗਦਾ, ਇਹਨਾਂ ਨੂੰ ਕੀ ਮਰਜ਼ ਆ, ਕੀ ਬਿਮਾਰੀ ਆ, ਕਿਹੜੇ ਹਸਪੀਟਲ ਜਾਂਦੇ ਹੋ, ਜਾਂ ਮੈਡੀਸਨ ਵਗੈਰਾ ਸਾਰੀ ਇਹਨਾਂ ਦੀ ਖੁਦ ਦੇਖਦੇ ਹੋ? ਮੈਂ ਇਹਨਾਂ ਦਾ ਹੁਣ ਤੇ ਮੈਨੂੰ ਮਾਸ਼ਾਅੱਲਾ 4 ਸਾਲ ਹੋ ਗਏ ਨੇ ਇਹਨਾਂ ਨੂੰ ਰੱਖਿਆ, ਤੇ ਹੁਣ ਤੇ ਤਕਰੀਬਨ ਕੋ 70% ਡਾਕਟਰ ਮੈਂ ਆਪ ਹੀ ਬਣ ਗਿਆ। ਕੀ ਬਾਤ ਹੈ। ਤੇ ਅੱਲਾ ਦਾ ਸ਼ੁਕਰ ਹੈ ਐਡੀ ਜਲਦੀ ਮੈਂ ਬਿਮਾਰ ਇਹਨਾਂ ਨੂੰ ਇਸ ਕਿਉਂਕਿ ਅਸੀਂ ਖੁਰਾਕ ਅੱਛੀ ਦਿੰਦੇ ਹਾਂ, ਇਹਨਾਂ ਦਾ ਇਨਵਾਇਰਮੈਂਟ ਅੱਛਾ ਰੱਖਿਆ ਹੈ। ਗਰਮੀ ਹੈ ਚ ਅਸੀਂ ਇਹਨਾਂ ਨੂੰ ਠੰਡਾ ਮਾਹੌਲ, ਕੂਲਰ ਸ਼ੂਲਰ ਲਗਾਏ ਹੁੰਦੇ ਨੇ, ਸ਼ਾਵਰ ਦੇਈਦੇ ਨੇ, ਫਿਰ ਸਰਦੀਆਂ ਚ ਇਹਨਾਂ ਦਾ ਹੀਟਿੰਗ ਦਾ ਇੰਤਜ਼ਾਮ ਹੈ। ਤੇ ਉਹ ਇਹੀ ਦੋ ਚਾਰ ਮੇਨ ਚੀਜ਼ਾਂ ਹੁੰਦੀਆਂ ਜਿਹਦੀ ਵਜ੍ਹਾ ਤੋਂ ਜਾਨਵਰ ਬਿਮਾਰ ਹੁੰਦਾ ਹੈ। ਇੱਕ ਤੇ ਖੁਰਾਕ ਅੱਛੀ ਨਾ ਮਿਲੇ ਫਿਰ ਬਿਮਾਰ ਹੋਏਗਾ, ਇੱਕ ਸਰਦੀ ਗਰਮੀ ਦੀ ਵਜ੍ਹਾ ਤੋਂ। ਇਸ ਲਈ ਜਦੋਂ ਉਹ ਸਹੀ ਹੋਏ ਤੇ ਫਿਰ ਅੱਲਾ ਦਾ ਸ਼ੁਕਰ ਠੀਕ ਰਹਿੰਦੇ ਨੇ। ਲੇਕਿਨ ਦੂਸਰੀ ਗੱਲ, ਅਸੀਂ ਇਹਨਾਂ ਨੂੰ ਹਸਪੀਟਲ ਜਾਂਦੇ ਹਾਂ। ਆਪਣੀ ਫੈਮਿਲੀ ਚੋਂ ਅਗਲੀ ਟ੍ਰੇਨਿੰਗ ਕਿਹਨੂੰ ਦੇ ਰਹੇ ਹੋ ਜਿਹੜਾ ਬੇਝਿਜਕ ਹੋ ਕੇ? ਉਹ ਤੁਹਾਡਾ ਬੇਟਾ, ਭਾਈ, ਭਤੀਜਾ ਕੌਣ ਆ ਸਕਦਾ ਇਹਨਾਂ ਦੇ ਕੋਲ? ਮੇਰਾ ਬੇਟਾ, ਮੇਰਾ ਬੇਟਾ ਆ ਜਾਂਦਾ, ਉਹ ਇਹਦੇ ਉੱਤੇ ਵੀ ਬੈਠ ਜਾਂਦਾ। ਅੱਛਾ, ਤੁਹਾਡੇ ਤੋਂ ਇਲਾਵਾ ਤੁਹਾਡਾ ਬੇਟਾ? ਹਾਂ, ਮੇਰਾ ਬੇਟਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਉਹ ਵੀ ਨਹੀਂ ਮਾਸ਼ਾਅੱਲਾ ਡਰਦਾ, ਕਿਉਂਕਿ ਇਹ ਸਾਰੇ ਜਿੰਨੇ ਨੇ ਨਾ, ਮੇਰਾ ਬੇਟਾ ਤੇ ਇਸ ਟਾਈਮ ਮਾਸ਼ਾਅੱਲਾ 13 ਸਾਲ ਦਾ। ਅੱਛਾ ਅੱਛਾ। ਤੇ ਇਹ ਤੇ ਸਾਰੇ ਦੇ ਛੋਟੇ ਨੇ, ਇਹ 6-6 8-8 ਮਹੀਨੇ ਉਹਨਾਂ ਦੇ ਕੋਲ ਬੈਡਾਂ ਦੇ ਉੱਤੇ ਹੀ ਪਲੇ ਨੇ। ਤੁਸੀਂ ਪਹਿਲੇ ਇੰਟਰਵਿਊ ਵਾਲੇ ਹੋ ਜਿਦਾਂ ਮੈਂ ਇੰਟਰਵਿਊ ਕਰ ਰਿਹਾ, ਅਦਰਵਾਈਜ਼ ਮੈਂ ਕਿਸੇ ਨੂੰ ਇੰਟਰਵਿਊ ਦਿੰਦਾ ਹੀ ਨਹੀਂ। ਵੈਰੀ ਗੁੱਡ। ਤੁਹਾਡੇ ਨਾਲ ਮੁਹੱਬਤ ਹੈ ਕਿਉਂਕਿ ਜੀ ਇਹਨਾਂ ਦੇ ਅਸੀਂ ਪਿੱਛੇ ਮੈਂ ਗਿਆ ਸਾਂ ਇਹਨਾਂ ਦੇ ਘਰ ਉੱਥੇ, ਤੇ ਇਹਨਾਂ ਨੇ ਸਾਡੀ ਬੜੀ ਖਿਦਮਤ ਕੀਤੀ। ਨਹੀਂ ਜੀ ਸਾਕਰ ਭਾਈ, ਤੁਸੀਂ ਤੇ ਇਹਨਾਂ ਨੇ ਇਹਨਾਂ ਦੇ ਉੱਥੇ ਵਾਲਦਾ ਸਨ, ਵਾਲਦ ਸਨ, ਉਹਨਾਂ ਨੇ ਸਾਨੂੰ ਬੜਾ ਅੱਛਾ ਖਾਣਾ ਸ਼ਾਣਾ ਵੀ ਖਿਲਾਇਆ, ਬੜਾ ਪਿਆਰ ਦਿੱਤਾ, ਤੇ ਇਹਨਾਂ ਨੂੰ ਮੈਂ ਇਨਕਾਰ ਕਰ ਨਹੀਂ ਸਕਦਾ ਸਰ। ਤੇ ਇਸ ਵਾਰ ਤੋਂ ਇਹ ਤੁਸੀਂ ਮੇਰਾ ਦੇਖਿਆ ਹੋਏਗਾ, ਮੈਂ ਕਦੇ ਇੰਟਰਵਿਊ ਨਹੀਂ ਦਿੰਦਾ, ਇਹ ਪਹਿਲੇ ਇੰਟਰਵਿਊ ਮੇਰੇ ਲੈਣ ਵਾਲੇ। ਇਹ ਸਾਕਰ ਭਾਈ ਦੀ ਬਹੁਤ ਜ਼ਿਆਦਾ ਮੁਹੱਬਤ ਆ, ਔਰ ਭਾਈ ਨੇ ਮਾਸ਼ਾਅੱਲਾ ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਬੜੀ ਜ਼ਿਆਦਾ ਮੁਹੱਬਤ ਆ। ਔਰ ਮੈਂ ਕੋਈ ਸਪੈਸ਼ਲ ਪ੍ਰੋਗਰਾਮ ਬਣਾ ਕੇ ਨਹੀਂ, ਜਦੋਂ ਮੈਂ ਇੱਥੇ ਪਹੁੰਚਿਆ ਨਾ, ਜਿੱਥੇ ਮੈਂ ਰਾਤ ਰੁਕਿਆ ਤੇ ਮੈਨੂੰ ਪਤਾ ਲੱਗਾ ਸਾਕਰ ਭਾਈ ਸਾਡੇ ਬਿਲਕੁਲ ਨਜ਼ਦੀਕ ਨੇ। ਯਕੀਨ ਕਰੋ, ਪਹਿਲਾਂ ਮੈਸੇਜ ਮਾਰਿਆ, ਇੰਨੇ ਬਿਜ਼ੀ ਹੋਣ ਦੇ ਬਾਵਜੂਦ ਉਹਨਾਂ ਨੇ ਮੈਸੇਜ ਦਾ ਰਿਸਪੌਂਸ ਏਡਾ ਅੱਛਾ ਦਿੱਤਾ ਕਿ ਮੈਂ ਕਿਹਾ ਨਹੀਂ, ਸਾਕਰ ਭਾਈ ਕੋਲ ਲਾਜ਼ਮੀ ਜਾਣਾ ਵਾ। ਇੱਕ ਤਾਂ ਨਾਸ਼ਤੇ ਨਾਲ ਧਾਰ ਸੀਗਾ, ਉਹ ਖਾਣਾ ਸੀਗਾ, ਤੇ ਦੂਸਰਾ ਇੰਟਰਵਿਊ ਸਾਡਾ ਹੋ ਗਿਆ। ਇਹਦੇ ਨਾਲ ਇਜਾਜ਼ਤ ਚਾਹਾਂਗਾ, ਇਜਾਜ਼ਤ ਦਿਓ ਆਪਣੇ ਵੀਰ ਮੀਆਂ ਦਿਲਦਾਰ ਨੂੰ, ਸਾਕਰ ਭਾਈ ਨੂੰ, ਤੇ ਮਾਸ਼ਾਅੱਲਾ ਬੱਬਰ ਸ਼ੇਰ ਨੂੰ ਵੀ ਹੈ। ਓਕੇ ਜੀ, ਅਲਾ ਕਹਿੰਦਾ ਕਿ ਗੱਲ ਸੋਚ ਸਮਝ ਕੇ ਕੀਤਾ ਕਰ, ਰਾਹ ਜਾਂਦਾ ਵੈਰ ਨਾ ਪਾਲੇ, ਕਿ ਗੱਲ ਸੋਚ ਸਮਝ ਕੇ ਕੀਤਾ ਕਰ, ਰਾਹ ਜਾਂਦਾ ਵੈਰ ਨਾ ਪਾਲੇ, ਤੇ ਸਾਨੂੰ ਕੋਈ ਨੀ ਡਰ ਇਹਨਾਂ ਲੋਕਾਂ ਦਾ, ਲਈ ਫਿਰਦਾ ਜਿਹੜੇ ਤੂੰ ਨਾਲ ਏ, ਤੇ ਸਾਨੂੰ ਮੁਲਕ ਸ਼ਿਕਾਰੀ ਆਂਦਾ ਏ, ਉਹ ਚੱਲੀ ਸੋਚ ਸਮਝ ਕੇ ਚਾਲ ਏ, ਉਹ ਚੁਣ ਚੁਣ ਕੇ ਮਾਰ ਮੁਕਾ ਛੱਡ ਸਾਂ, ਤੇਰੀ ਨਸਲ ਦਾ ਇੱਕ ਇੱਕ ਵਾਲ ਏ। ਅਸਲਾਮ ਅਲੈਕੁਮ ਜੀ। ਅੱਛਾ ਜੀ, ਸਾਕਰ ਭਾਈ ਦੇ ਕੋਲ ਆਏ ਹੋਏ ਆ, ਮਾਸ਼ਾਅੱਲਾ ਬੜੀ ਮੁਹੱਬਤ ਮਿਲੀ ਆ, ਤੇ ਨਾਲ ਸ਼ੇਰ ਬੈਠੇ ਨੇ ਅੰਦਰੋਂ। ਮੈਂ ਡਰ ਹੀ ਰਿਹਾ ਜੇ ਤੁਸੀਂ ਸਹੀ ਪੁੱਛੋ ਤਾਂ, ਫਿਰ ਵੀ ਪੋਇਟਰੀ ਮੇਰੀ ਸ਼ਰੀਕਾਂ ਦੇ ਖਿਲਾਫ ਹੀ ਆ, ਭਾਵੇਂ ਡਰ ਹੀ ਰਿਹਾ ਮੈਂ, ਓਏ ਤੇਰਾ ਭਲਾ ਚਵੇ। ਕਹਿੰਦਾ ਕਿ ਮਸਾਂ ਛੁੱਟੀ ਏ ਜਾਨ ਬਦਮਾਸ਼ੀਆਂ ਤੋਂ, ਫਿਰ ਮਾਹੌਲ ਬਣਾਉਣਾ ਜੰਗਾਂ ਦਾ, ਤੇ ਤੇਰੇ ਜ਼ੋਰ ਤੋਂ ਡਾਢਾ ਵਾਕਫ ਆ ਟਿੱਲ ਜਾਣ ਦਾ ਤੇਰਿਆਂ ਸੰਗਾਂ ਦਾ, ਕਿ ਮਸਾਂ ਛੁੱਟੀ ਏ ਜਾਨ ਬਦਮਾਸ਼ੀਆਂ ਤੋਂ, ਫਿਰ ਮਾਹੌਲ ਬਣਾਉਣਾ ਜੰਗਾਂ ਦਾ, ਉਹ ਤੇਰੇ ਜ਼ੋਰ ਤੋਂ ਡਾਢਾ ਵਾਕਫ ਆ ਟਿੱਲ ਜਾਣ ਦਾ ਤੇਰਿਆਂ ਸੰਗਾਂ ਦਾ, ਤੇ ਚੁੱਪ ਕਰਕੇ ਵਕਤ ਨਘਾ, ਪਤਾ ਕੋਈ ਨੀ ਰੱਬ ਦਿਆਂ ਰੰਗਾਂ ਦਾ, ਉਹ ਸੱਟ ਮਾਰ ਕੇ ਸੀਨਾ ਪਾੜ ਦਿਆਂਗੇ ਜਿੱਦਣ ਫਿਰ ਗਿਆ ਜ਼ੇਨ ਮਲੰਗਾ ਦਾ। ਕਹਿੰਦਾ ਕਿ ਸਾਡੀ ਚੁੱਪ ਨੂੰ ਯਾਰ ਮਜਬੂਰੀ ਨਾ ਸਮਝੀ, ਅਸੀਂ ਅਮਨ ਦੇ ਪੈਰੋਕਾਰ ਆ, ਤੇ ਤੈਨੂੰ ਇੱਟ ਦਾ ਪੱਥਰ ਜਵਾਬ ਆਏਗਾ, ਮਤਾ ਸਮਝੇ ਚੰਨ ਲਾ ਚਾਰ ਆ। ਸਾਕਰ ਭਾਈ ਦੇ ਸ਼ਰੀਕਾਂ ਦੀ ਨਜ਼ਰ ਏ ਕਿ ਸਾਡੀ ਚੁੱਪ ਨੂੰ ਯਾਰ ਮਜਬੂਰੀ ਨਾ ਸਮਝੀ, ਅਸੀਂ ਅਮਨ ਦੇ ਪੈਰੋਕਾਰ ਆ, ਤੇ ਤੈਨੂੰ ਇੱਟ ਦਾ ਪੱਥਰ ਜਵਾਬ ਆਏਗਾ, ਮਤਾ ਸਮਝੇ ਚੰਨ ਲਾ ਚਾਰ ਆ। ਤੇ ਬਿਲ ਫਰਜ਼ ਜੇ ਤੇਰਾ ਦਿਲ ਹੋਵੇ, ਉਹ ਪਿੜ ਲਾਵਣ ਨੂੰ ਤਿਆਰ ਆ, ਉਹ ਜਿਹੜੇ ਭੌਂਕਣ ਲੱਗ ਪੈਣ ਸਾਈਆਂ ਨੂੰ, ਸਾਕਰ ਭਾਈ ਉਹ ਕੁੱਤੇ ਹੀ ਛੱਡਦੇ ਮਾਰ ਆ। ਛੱਡਾ।